जेल च दारू चलती है नहीं जेल दे वेच नहीं चलती हाँ जी तरीका दे जाने उते शराब चलती है किन्ने पैसे दिते जी उसे मैं 15,000 रुपए देके शराब पी के आया वहां जेल वाले कहंदे इनां दा टेस्ट करो साडा 15,000 देना महंगा पै गया पता नहीं की गलबात होई है तुहानू मुलाजमां दा पर चलो नाम नहीं लेंदे जी किसे दा भी कहूंगी ओ भी चलो सारे यंग मैन लगे हुए ने जी 15,000 रुपए देके मैं शराब पी के उतो सारा कुछ करके आया साइल कंडा नाम है मेरा जी केड़े केस चाहिए सी तुसी मेडिकल कराना सी केड़ी मेरे जी 8-9 ऊपर से चलदे है मेरे ते जी अच्छा साइल कंडा नाम है मेरा हैबोवाल दा मैं डीएमसी हॉस्पिटल दा से जिले वाली गार्ड ने ले के ओना ने ले ना ना जी ਜਿਹੜੀ ਜੇਲ ਉੱਥੇ ਪੇਸ਼ ਕਰਾਣ ਕਚਹਿਰੀਆਂ ਲੈ ਕੇ ਜਾਂਦੀ ਆ ਜੀ ਉਹ ਲੈ ਕੇ ਗਏ ਸੀ ਕਚਹਿਰੀ ਚ 15,000 ਲਿਆ ਤੁਹਾਡੇ ਕੋਲ ਹਾਂ 15-20,000 ਰੁਪਏ ਮੈਂ ਰੋਜ਼ ਹਰ ਪੇਸ਼ੀਆਂ ਦੇ ਵੰਡ ਕੇ ਆਨੇ 8-9 ਪਰਚੇ ਮੇਰੇ ਤੇ ਅੱਛਾ 15,000 ਵੰਡ ਕੇ ਆਨੇ ਦਾਰੂ ਪੀ ਕੇ ਆਨੇ ਅੱਜ ਮਾੜਾ ਮੋਟਾ ਜੇਲ ਵਾਲਿਆਂ ਨੂੰ ਮਾੜਾ ਮੋਟਾ ਪਤਾ ਲੱਗ ਗਿਆ ਜੀ ਸ਼ਰਾਬ ਸ਼ੁਰੂ ਪੀਤੀ ਹੋਈ ਹੈ ਹਾਂਜੀ ਹਾਂਜੀ ਤੇ ਉਹ ਚੱਕਰ ਦੇ ਵਿੱਚ ਮੈਨੂੰ ਲੈ ਕੇ 1 ਮਿੰਟ ਓਏ ਤੱਕਾ ਨਾ ਕਰ ਮੇਰੇ ਨਾਲ ਤੱਕਾ ਨਾ ਕਰ ਮੇਰੇ ਨਾਲ काफी बवाल हो रहा देख सकते हो तस्वीर एक नौजवान का कहना है पेशी दे विच जो कचहरी दे विच गए तो 15,000 रुपए देके दारू पीती है नौजवान कह रहा 15,000 रुपए देके मैं दारू पीती है मुलाजम मौजूद ने गलबात जरूर करांगे सर नौजवान कह रहा दारू पैसे देके मैं दारू पीती गल सही है जी सर थोड़ा ब्रीफ करोगे जी नौजवान तुहाडे सामने कह रहे हैं 15,000 रुपए दे के पेशी का क्या सी उत्थे दारू पीती है सर की कहना चाहोगे डिस्ट्रिक्ट पुलिस नु पुछो सर थोड़ा ब्रीफ तो कर दो लेके तो तुसी आए हो ना आपा दा ड्राइवर आ हुंदा जो हुकम ड्राइवर नु गाला तुहाडे सामने मुलाजम अन्ने 5-7 मुलाजम खड़े ते नौजवान जिहड़ा गाला कढ रिहा सीधा शरेआम कह रहा है 15,000 रुपए दे के मैं दारू पीती है तुहाडा दे बारे की कहना है जी आयो जी पुछ लो जी जो पेंडिंग गल्लां पुछ सकदे हो पुछ लो जी हाँ जी सर दसो जी की ओके ओके जी पूछना जी तुसी की कहना चाहोगे जी नौजवान सीधा कह रहे हैं पेशी ते क्या सी 15,000 रुपए देके दारू पीती ते सर एक जेड़ा नौजवान तुसी लह वाला लेके आए हो किस केड़े केस च सर लेके आए हो मैनूं नहीं पता जी ते सर तुसी ते नाल ही आए हो पता ही होगा ऐसा बाहर डूडे गा श्रीमान जी जे आए हो लेके आए हो तुहानूं पता ही होगा केड़े केस च लेके आए हो केड़े सीनियर अफसर नूं दस्सो ਤਸਵੀਰਾਂ ਦੇਖ ਸਕਦੇ ਹੋ ਤੁਸੀਂ ਸਿਵਲ ਹਸਪਤਾਲ ਦੇ ਵਿੱਚ ਮੈਡੀਕਲ ਕਰਵਾਉਣ ਦੇ ਲਈ ਲਿਆਂਦਾ ਸੀ ਜਿਹੜਾ ਇਸ ਤੋਂ ਬਾਅਦ ਕਾਫੀ ਬਵਾਲ ਹੁੰਦਾ ਹੈ ਨੌਜਵਾਨ ਦਾ ਇਹ ਕਹਿਣਾ ਮੈਂ ਪੇਸ਼ੀ ਤੇ ਗਿਆ ਸੀਗਾ ਪੇਸ਼ੀ ਦੇ ਦੌਰਾਨ ਹੈ ਜਿਹੜਾ ਉੱਥੇ 15,000 ਰੁਪਏ ਦੇ ਕੇ ਜਿਹੜੀ ਡਰਿੰਕ ਵਗੈਰਾ ਵੀ ਕੀਤੀ ਹੈ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨੌਜਵਾਨ ਸਿੱਧਾ ਐਲੀਗੇਸ਼ਨ ਹੈ ਪੰਜਾਬ ਪੁਲਿਸ ਦੇ ਉੱਪਰ ਲਗਾ ਰਿਹਾ ਹੈ ਤੇ ਜਦੋਂ ਇਸ ਸੰਬੰਧੀ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮਾਂ ਦੇ ਨਾਲ ਜਿਹੜੇ ਇਹਨੂੰ ਪੇਸ਼ੀ ਤੋਂ ਲੈ ਕੇ ਆਏ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਸਿੱਧਾ ਹੀ ਕੈਮਰੇ ਤੋਂ ਭੱਜਦੇ ਹੋਏ ਨਜ਼ਰ ਆਏ ਉਹਨਾਂ ਦਾ ਕਹਿਣਾ ਕਿ ਸਾਨੂੰ ਕੁਝ ਵੀ ਨਹੀਂ ਪਤਾ ਕਿਹੜੇ ਕੇਸ ਦੇ ਵਿੱਚੋਂ ਲਿਆਂਦਾ ਗਿਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਿਵਲ ਹਸਪਤਾਲ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਕੈਮਰੇ ਤੋਂ ਭੱਜਦੇ ਹੋਏ ਨਜ਼ਰ ਆ ਰਹੇ ਤੇ ਨੌਜਵਾਨ ਨੂੰ ਮੈਡੀਕਲ ਕਰਾਉਣ ਦੇ ਲਈ ਲਿਆਂਦਾ ਸੀਗਾ ਤੇ ਨੌਜਵਾਨ ਦੇ ਵੱਲੋਂ ਐਲੀਗੇਸ਼ਨ ਲਗਾਏ ਗਏ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਕਾਫੀ ਮਾਹੌਲ ਹੈ ਜਿਹੜਾ ਸਿਵਲ ਹਸਪਤਾਲ ਦੇ ਵਿੱਚ ਖਰਾਬ ਹੋ ਗਿਆ ਜਿਹੜਾ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਨੌਜਵਾਨ ਦੇ ਵੱਲੋਂ ਜਿਹੜਾ ਸ਼ਰੇਆਮ ਸਿੱਧੀਆਂ ਮਾਵਾ ਪੈਣਾ ਦੀਆਂ ਗਾਲਾਂ ਕੱਢੀਆਂ ਗਈਆਂ ਜਿਹੜੇ 6-7 ਪੁਲਿਸ ਮੁਲਾਜ਼ਮ ਸੀਗੇ ਉਹਨਾਂ ਦੇ ਕੋਲੋਂ ਉਸ ਨੌਜਵਾਨ ਨੂੰ ਨਾਸਤਾ ਸੰਭਿਆ ਗਿਆ ਤੇ ਨਾ ਹੀ ਉਸ ਦੇ ਉੱਤੇ ਕੋਈ ਗੱਲਬਾਤ ਹੋਈ ਤੇ ਉਹਨੂੰ ਹੁਣ ਮੈਡੀਕਲ ਕਰਾ ਕੇ ਸਿਵਲ ਹਸਪਤਾਲ ਦੇ ਵਿੱਚੋਂ ਲੈ ਕੇ ਜਾਇਆ ਜਾ ਰਿਹਾ ਜਿਹੜੇ ਪੰਜਾਬ ਪੁਲਿਸ ਦੇ ਨਾਲ ਗੱਲਬਾਤ ਕੀਤੀ ਕਿ ਨੌਜਵਾਨ ਜਿਹੜਾ ਐਲੀਗੇਸ਼ਨ ਲਗਾ ਰਿਹਾ 15,000 ਰੁਪਏ ਦੇ ਕੇ ਕਿ ਇਹਨੂੰ ਪੇਸ਼ੀ ਤੇ ਲੈ ਗਈ ਸੀ 15,000 ਰੁਪਏ ਦੇ ਕੇ ਨੌਜਵਾਨ ਕਹਿ ਰਿਹਾ ਮੈਂ ਡਰਿੰਕ ਕੀਤੀ ਹੈ ਦਾਰੂ ਪੀਏਗੀ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਜਿਹੜੀ ਹੈ ਮੇਰੇ ਕੋਲ 15,000 ਰੁਪਏ ਲੈਣੇ ਹੁਣ ਇਹ ਤਾਂ ਜਾਂਚ ਦਾ ਵਿਸ਼ਾ ਹੈ ਕਿ ਕਿਹੜੇ ਕਿਹੜੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਜਿਹੜੇ ਪੈਸੇ ਦਿੱਤੇ ਨੇ ਤਰੀਕਾ ਜੀ ਅੱਗੇ ਵੀ 8 ਤਰੀਕਾ ਤੇ ਜਾਣਾ ਵਾ ਜੇ ਸਾਡੇ ਕੋਈ 10,000 ਮੰਗੂਗਾ
ਅਸੀਂ ਤਾਂ ਸ਼ਰਾਬ ਪੀ ਕੇ ਆਵਾਂਗੇ ਜੀ, ਨਹੀਂ ਜਿਹੜੇ ਕੋਈ ਲਾਲਚ ਹੋਵੇ, ਜਿਹੜੇ ਜੇਲ੍ਹ ਦੇ ਵਿੱਚ ਪੈਸੇ ਲੈਂਦੇ ਆ, ਜਿਹੜੇ ਉੱਥੇ ਜੇਲ੍ਹ ਦੇ ਵਿੱਚ ਨਹੀਂ ਜੀ, ਬਾਹਰ ਪੈਸੇ ਲੈਂਦੇ ਆ, ਤੇ ਕਿਹੜੇ ਮੁਲਾਜ਼ਮ ਲੈਂਦੇ ਜਿਹੜੇ ਤੁਹਾਨੂੰ ਨਾਲ ਲੈ ਕੇ ਜਾਂਦੇ ਆ? ਆਪਾਂ ਨਾਮ ਨਹੀਂ ਲੈ ਸਕਦੇ ਜੀ। ਹਾਂ ਨਹੀਂ, ਜਿਹੜੇ ਇਹਨਾਂ ਤੋਂ ਦੱਸੋ, ਜਿਹੜੇ ਤੁਹਾਨੂੰ ਜਿਨ੍ਹਾਂ ਨੂੰ ਜਿਹੜੇ ਤੁਹਾਨੂੰ ਪੇਸ਼ੀ ਦੇ ਉੱਤੇ ਲੈ ਕੇ ਜਾਂਦੇ ਉਹ ਪੈਸੇ ਲੈਂਦੇ ਆ? ਹਾਂਜੀ 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 ਜੀ। ਅੱਛਾ।